हाय फ्रेंड्स वेलकम कर दिया ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਬਿਕੋਜ਼ ਪੰਜਾਬ ਦੇ ਵਿੱਚ ਪੰਜ ਨਵੇਂ ਨੋਟੀਫਿਕੇਸ਼ਨ ਹੈ ਜਿਹੜੇ ਕਿ ਡਿਪਾਰਟਮੈਂਟ ਦੇ ਵੱਲੋਂ ਰਿਲੀਜ਼ ਕਰ ਦਿੱਤੇ ਗਏ ਆ ਔਰ ਸਾਰੇ ਦੇ ਸਾਰੇ ਜਿਹੜੇ ਵੈਕੈਂਸੀਜ਼ ਆ ਉਹ ਰੈਗੂਲਰ ਬੇਸਿਸ ਤੇ ਆ ਕੋਈ ਵੀ ਕੰਟਰੈਕਟ ਬੇਸਿਸ ਤੇ ਵੈਕੈਂਸੀਜ਼ ਨਹੀਂ ਹੈ ਤੇ ਅਪਲਾਈ ਕਰਨਾ ਵੀ ਸ਼ੁਰੂ ਹੋ ਚੁੱਕਿਆ ਹੈ ਸੋ ਕਿਵੇਂ ਤੁਸੀਂ ਅਪਲਾਈ ਕਰਨਾ ਕੀ ਕੀ ਇਹਦੇ ਵਿੱਚ ਐਲੀਜੀਬਿਲਟੀ ਰਹਿਣ ਵਾਲੀ ਹੈ ਸਾਰਾ ਮੈਂ ਤੁਹਾਨੂੰ ਬਰੀਫ ਦੇ ਵਿੱਚ ਵਨ ਬਾਈ ਵਨ ਕਰਕੇ ਦੱਸਾਂਗੀ ਸੋ ਵੀਡੀਓ ਨੂੰ ਕੰਪਲੀਟ ਜ਼ਰੂਰ

ਇਸੀ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਇਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਦਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਤੋਂ ਇਲਾਵਾ ਸੈਂਟਰ ਦੀਆਂ ਵੀ ਕਾਫੀ ਵੈਕੈਂਸੀਆਂ ਆ ਜਿਹੜੇ ਕਿ ਆਊਟ ਕਰ ਦਿੱਤੇ ਗਏ ਆ ਉਹ ਸਾਡੀ ਵੈਬਸਾਈਟ ਤੇ ਅਪਲੋਡਡ ਹੈ www.clory.com ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜੂਗਾ ਉੱਥੇ ਵਿਜ਼ਿਟ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ ਜਿਹੜੀਆਂ ਵੀ ਇਸ ਤੋਂ ਇਲਾਵਾ ਵੈਕੈਂਸੀਸ ਆਈਆਂ ਹੋਈਆਂ ਨੇ ਤਾਂ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਪੰਜਾਬ ਦੇ ਵਿੱਚ ਰੀਸੈਂਟਲੀ ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਉਹਦੇ ਵਾਸਤੇ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਕੀ ਕੀ ਇਹ ਇਲੀਜੀਬਿਲਟੀ ਦੇ ਵਿੱਚ ਰਹਿਣ ਵਾਲੀ ਹੈ ਬਿਕੋਜ਼ ਹਰ ਇੱਕ ਕੁਆਲਿਫਿਕੇਸ਼ਨ ਦੇ ਅਕੋਰਡਿੰਗਲੀ ਜਿਹੜੀਆਂ ਵੈਕੈਂਸੀਸ ਹੈ ਉਹ ਆਊਟ ਕੀਤੀਆਂ ਗਈਆਂ ਹਨ ਸਾਰੇ ਦੇ 1 ਬਾਈ 1 ਕਰਕੇ ਆਪਾਂ ਡਿਸਕਸ ਕਰਾਂਗੇ ਕੀ एलिजिਬਿਲਟੀ ਰਹਿਣ ਵਾਲੀ ਹੈ ਸੋ ਕਿਵੇਂ ਕਿਵੇਂ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਾਸਤੇ ਅਪਲਾਈ ਕਰਨੇ ਆ ਜਿਹਦੇ ਵਿੱਚ ਤੁਹਾਨੂੰ ਮੈਂ ਸਟਾਰਟਿੰਗ 'ਚ ਦੱਸਿਆ ਪੰਜ ਨਵੇਂ ਨੋਟੀਫਿਕੇਸ਼ਨ ਆਏ ਹੋਏ ਆ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਆਪਣੀ ਵੈਬਸਾਈਟ ਦੇ ਉੱਤੇ 1 ਬਾਈ 1 ਕਰਕੇ ਡਿਸਕਸ ਕਰਾਂਗੇ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਆ ਆਪਾਂ ਆ ਚੁੱਕੇ ਆ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਸਭ ਤੋਂ ਪਹਿਲਾਂ ਇੱਕ ਇੰਪੋਰਟੈਂਟ ਗੱਲ ਤੋਂ ਨਾ ਸ਼ੇਅਰ ਕਰਨਾ ਚਾਹਾਂਗੀ ਪੰਜਾਬ ਦੀ ਕਿਸੇ ਵੀ ਜੋਬ 'ਤੇ ਤੁਸੀਂ ਤਿਆਰੀ ਕਰ ਰਹੇ ਹੋ ਉਹਦੇ ਵਾਸਤੇ ਬੈਸਟ ਸਟੱਡੀ ਮਟੀਰੀਅਲ ਪੀਡੀਐਫ ਫਾਰਮੈਟ

ਉੱਥੇ ਕਲਿੱਕ ਕਰਕੇ ਪੀਡੀਐਫ ਫਾਰਮੈਟ ਦੇ ਵਿੱਚ ਆ ਤੁਸੀਂ ਉੱਥੇ ਕਲਿੱਕ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ ਤੇ ਅਪਲਾਈ ਵੀ ਕਰ ਸਕਦੇ ਜਿਹੜੀਆਂ ਵੈਕੈਂਸੀਸ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਆ ਬਿਕੋਜ਼ ਹਰ ਇੱਕ ਵੈਕੈਂਸੀ ਆ ਨੋਟੀਫਿਕੇਸ਼ਨ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ 1 ਬਾਈ 1 ਕਰਕੇ ਦੇ ਦਿੱਤਾ ਹੈ ਬਟ ਉਸ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਆ ਏਲੀਜੀਬਿਲਟੀ ਜਿਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਪੰਜ ਨੋਟੀਫਿਕੇਸ਼ਨ ਆਇਆ ਇੱਕ ਨੋਟੀਫਿਕੇਸ਼ਨ ਸੈਂਟਰਲ ਗਵਰਨਮੈਂਟ ਆ ਚਾਰ ਨੋਟੀਫਿਕੇਸ਼ਨ ਜਿਹੜੇ ਆ ਉਹ ਸਿਰਫ ਔਰ ਸਿਰਫ ਪੰਜਾਬ ਗਵਰਨਮੈਂਟ ਦੇ ਵੱਲੋਂ ਰਿਲੀਜ਼ ਕੀਤੇ ਗਿਆ ਸਭ ਤੋਂ ਪਹਿਲਾਂ ਅਸੀਂ ਪਹਿਲੇ ਨੋਟੀਫਿਕੇਸ਼ਨ ਦੀ 24 ਜੂਨ 2021 ਆ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਸੈਂਟਰਲ ਗਵਰਨਮੈਂਟ ਦਾ ਹੈ ਉਸ ਤੋਂ ਬਾਅਦ ਆਪਾਂ ਸਾਰੇ ਡਿਸਕਸ ਕਰਾਂਗੇ ਚਾਰ ਅਲੱਗ-ਅਲੱਗ ਡਿਪਾਰਟਮੈਂਟ ਦੇ ਨੋਟੀਫਿਕੇਸ਼ਨ ਜਿਹੜੇ ਸਿਰਫ ਪੰਜਾਬ ਦੇ ਆਏ ਹੋਏ ਆ ਇਹ ਵਾਲਾ ਨੋਟੀਫਿਕੇਸ਼ਨ ਪੰਜਾਬ ਦੇ ਵਾਸਤੇ ਪੰਜਾਬ ਜੋਬ ਲੋਕੇਸ਼ਨ ਰਹਿਣ ਵਾਲੀਆਂ ਕਿਹੜੀ-ਕਿਹੜੀ ਜਗ੍ਹਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਇਲਾਵਾ ਐਡਵਰਟਾਈਜ਼ਮੈਂਟ ਨੰਬਰ ਦੀ ਗੱਲ ਕਰੀਏ 012021 ਹੈ ਇਹ ਰੇਲਵੇ ਦੇ ਵੱਲੋਂ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ ਹੈ ਜਿਹੜੇ ਕੈਂਡੀਡੇਟ ਨੇ 10th ਪਾਸ ਕੀਤੀ ਹੋਈ ਆ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਆ ਤੇ ਇੱਥੇ ਮੈਂਸ਼ਨ ਵੀ ਕਿੰਨਾ ਨੇ ਕਲੀਅਰਲੀ ਕੀਤਾ ਹੈ ਜਿਹੜੇ ਵੀ ਕੈਂਡੀਡੇਟ ਫਰੈਸ਼ੇਸ ਨੇ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਦੋਨੋਂ ਦੇ ਦੋਨੋਂ ਕੈਂਡੀਡੇਟ ਇੱਥੇ ਐਲੀਜੀਬਲ ਹੈ ਤੇ ਅਪਲਾਈ ਕਰ ਸਕਦੇ ਆ ਗੱਲ ਕਰੀਏ ਜੀ ਆਪਾਂ ਸਿਲੈਕਸ਼ਨ ਪ੍ਰੋਸੀਜਰ ਦੀ ਇਹਦੇ ਵਿੱਚ ਤੁਹਾਡੀ ਜਿਹੜੀ ਆ ਕੁਆਲਿਫਿਕੇਸ਼ਨ ਦੇ ਮਾਰਕਸ ਦੇ ਅਕੋਰਡਿੰਗ ਦੀ ਜਿਹੜੇ ਮਤਲਬ ਕਿ ਤੁਸੀਂ 10th ਕਲਾਸ ਦੇ ਜਿਹੜੇ ਤੁਹਾਡੇ ਮਾਰਕਸ ਆ ਉਹਨਾਂ ਦੇ ਬੇਸਿਸ ਤੇ ਇੱਕ ਮੈਰਿਟ ਲਿਸਟ ਜਿਹੜੀ ਆ ਉਹ ਰਿਲੀਜ਼ ਕੀਤੀ ਜਾਊਗੀ ਡਿਪਾਰਟਮੈਂਟ ਦੇ ਵੱਲੋਂ ਸੋ ਉਸੇ ਦੇ ਬ ਹੁਣ ਗੱਲ ਕਰਦੇ ਆ ਐਪਲੀਕੇਸ਼ਨ ਮੋਡ ਜਿਹੜਾ ਕਿ ਆਨਲਾਈਨ ਹੈ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਵੀ ਆਇਆ ਹੋਇਆ ਹੈ ਤੁਸੀਂ ਕੋਈ ਵੀ ਆਫਲਾਈਨ ਅਪਲਾਈ ਨਹੀਂ ਕਰਨਾ ਮੀਨਸ ਸਿਰਫ ਔਰ ਸਿਰਫ ਆਨਲਾਈਨ ਤੁਸੀਂ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਐਪਲੀਕੇਸ਼ਨ ਫੀ ਦੀ ਆਪਾਂ ਗੱਲ ਕਰੀਏ ਇਹਦੇ ਵਿੱਚ ਜਨਰਲ ਕੈਂਡੀਡੇਟ ਵਾਸਤੇ 100 ਰੁਪਏ ਐਪਲੀਕੇਸ਼ਨ ਫੀ ਹੈ ਜਿਹੜੇ ਜਨਰਲ ਕੈਂਡੀਡੇਟ ਦੇ ਮੇਲ ਕੈਂਡੀਡੇਟ ਆਉਣਾ ਵਾਸਤੇ ਇਸ ਤੋਂ ਇਲਾਵਾ ਐਸਸੀ ਐਸਟੀ ਫੀਮੇਲ ਅਤੇ ਅਦਰ ਕੈਂਡੀਡੇਟ ਉਹਨਾਂ ਵਾਸਤੇ ਕੋਈ ਫੀ ਤੁਹਾਨੂੰ ਇੱਥੇ ਪੇ ਨਹੀਂ ਕਰਨੀ ਆ ਬਿਲਕੁਲ ਫ੍ਰੀ ਆਫ ਕੋਸ ਤੁਸੀਂ ਅਪਲਾਈ ਕਰ ਸਕਦੇ ਆ ਇਹਦੇ ਵਿੱਚ 3591 ਵੈਕੈਂਸੀਸ ਆਊਟ ਕੀਤੇ ਗਏ ਆ ਵੈਕੈਂਸੀਸ ਦੀ ਆਪਾਂ ਡਿਟੇਲਸ ਦੇ ਵਿੱਚ ਗੱਲ ਕਰੀ ਤਾਂ ਪਲੰਬਰ ਦੀ ਵੈਕੈਂਸੀਸ ਆ ਵਾਇਰਮੈਨ ਫਿਲਟਰ ਵੈਲਡਰ ਕਾਰਪੈਂਟਰ ਇਸ ਤੋਂ ਇਲਾਵਾ ਜਿਹੜੀਆਂ ਇਲੈਕਟ੍ਰੋਨਿਕਸ CUPM ਇਸ ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਦੇ ਵਿੱਚ ਐ ਮਸ਼ੀਨੀਸ ਰਿਟਰਨਰ ਲੈਬ ਅਸਿਸਟੈਂਟ ਡਰਾਫਟਮੈਨ ਦੀਆਂ ਜਿਹੜੀਆਂ ਕਿ ਟੋਟਲ ਵੈਕੈਂਸੀਸ ਹੋ ਜਾਂਦੀਆਂ 3591 ਉਸ ਤੋਂ ਬਾਅਦ ਥੋੜਾ ਸਕਰੋਲ ਕਰਨ ਤੇ ਤੁਹਾਨੂੰ ਆ ਜਿਹੜਾ ਮਿਲੇਗਾ ਇਹ ਨੋਟੀਫਿਕੇਸ਼ਨ ਪੀਡੀਐਫ ਹੈ ਤੇ ਲਿੰਕ ਤੇ ਕਲਿੱਕ ਕਰੋਗੇ ਇੱਥੇ ਡਾਊਨਲੋਡ ਹੋ ਜਾਏਗੀ ਉਸ ਤੋਂ ਬਾਅਦ ਇਹ ਲਿੰਕ ਜਿਹੜਾ ਹੈਗਾ ਇਹ ਅਪਲਾਈ ਆਨਲਾਈਨ ਦਾ ਹੈ ਇੱਥੇ ਤੁਸੀਂ ਕਲਿੱਕ ਕਰਕੇ ਇਹਦੇ ਵਾਸਤੇ ਜਿਹੜਾ ਅਪਲਾਈ ਕਰਨਾ ਹੈ ਵੈਕੈਂਸੀਸ ਦੇ ਵਾਸਤੇ ਹੁਣ ਆਪਾਂ ਚੱਲਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੇ ਉੱਤੇ ਹੁਣ ਆਪਾਂ ਆ ਚੁੱਕੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੇ ਉੱਤੇ ਇਸ ਤੋਂ ਬਾਅਦ ਆਪਾਂ ਤਿੰਨ ਹੋਰ ਨੋਟੀਫਿਕੇਸ਼ਨ ਡਿਸਕਸ ਕਰਾਂਗੇ ਉਹ ਵੀ ਸਾਰੇ ਦੇ ਸਾਰੇ ਨੋਟੀਫਿਕੇਸ਼ਨ ਸਿਰਫ ਔਰ ਸਿਰਫ ਪੰਜਾਬ ਲੋਕੇਸ਼ਨ ਵਾਸਤੇ ਆਏ ਹੋਏ ਆ ਇਹ ਨੋਟੀਫਿਕੇਸ਼ਨ ਜਿਹੜਾ ਰਿਲੀਜ਼ ਕੀਤਾ ਗਿਆ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੀਤਾ ਗਿਆ ਹੈ ਬਹੁਤ ਸਾਰੇ ਕੈਂਡੀਡੇਟ ਦੇ ਡਾਊਟਸ ਹੈ ਇਸ ਵੈਕੈਂਸੀਸ ਨੂੰ ਲੈ ਕੇ ਕਿ ਕਿਆ ਇਹਦੇ ਵਿੱਚ ਐਗਜ਼ੈਕਟ ਐਲੀਜੀਬਿਲਟੀ ਹੈ ਕਿਹੜੇ-ਕਿਹੜੇ ਕੈਂਡੀਡੇਟ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਨੋਟੀਫਿਕੇਸ਼ਨ ਰਿਲੀਜ਼ ਕੀਤਾ ਜਾ ਚੁੱਕਿਆ ਹੈ ਕੰਪਲੀਟ ਨੋਟੀਫਿਕੇਸ਼ਨ ਇਹਦੇ ਵਿੱਚ ਆਪਾਂ ਇਹ ਵੀ ਡਿਸਕਸ ਕਰਾਂਗੇ ਤੁ ਰੀ ਮਟੀਰੀਅਲ ਤੁਹਾਨੂੰ ਕਿੱਥੋਂ ਮਿਲਣ ਵਾਲਾ ਇਹਦਾ ਲਿੰਕ ਜਿਹੜਾ ਐਕਟੀਵੇਟ ਹੋਊਗਾ 31 ਮਈ ਨੂੰ ਹੋਣਾ ਹੈ ਲਾਸਟ ਡੇਟ ਅਪਲਾਈ ਕਰਨ ਦੀ 18 ਜੂਨ 2021 ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਨੰਬਰ ਦੀ ਆਪਾਂ ਗੱਲ ਕਰੀਏ 298/21 ਐਡਵਰਟਾਈਜ਼ਮੈਂਟ ਨੰਬਰ ਹੈ ਇਹਦੇ ਵਿੱਚ ਜਿਹੜੇ ਵੀ ਕੈਂਡੀਡੇਟ ਐਲੀਜੀਬਿਲਟੀ ਕਰਟੇਰਾ ਨੂੰ ਫੁੱਲਫਿਲ ਕਰਦੇ ਆ ਪੰਜਾਬ ਦੇ ਕੈਂਡੀਡੇਟ ਓਨਲੀ ਉਹ ਸਾਰੇ ਅਪਲਾਈ ਕਰ ਸਕਦੇ ਆ ਚਾਹੇ ਉਹ ਮੇਲ ਕੈਂਡੀਡੇਟ ਹੈ ਚਾਹੇ ਉਹ ਫੀਮੇਲ ਕੈਂਡੀਡੇਟ ਹੈ ਦੋਨੋਂ ਹੀ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੋਸਟ ਵਾਈਜ਼ ਐਲੀਜੀਬਿਲਟੀ ਦੀ ਇਹਦੇ ਵਿੱਚ ਜਿਹੜੀ ਫਰਸਟ ਪੋਸਟ ਆਊਟ ਕੀਤੀ ਗਿਆ ਉਹ ਹੈਗੀ ਹੈ ਜੂਨੀਅਰ ਇੰਜੀਨੀਅਰ ਦੀ ਜਿਹਦੇ ਵਿੱਚ 18 ਤੋਂ 37 ਸਾਲ ਤੁਹਾਡੀ ਏਜ ਹੈ ਤੁਸੀਂ ਅਪਲਾਈ ਕਰ ਸਕਦੇ ਆ ਸੈਕੰਡ ਜਿਹੜੀ ਪੋਸਟ ਹੈ ਉਹ ਵੀ ਕਲਰਕ ਦੀ ਹੈ ਔਰ ਇਹਦੇ ਵਿੱਚ ਏਜ ਕਰਟਰੀਆ ਹਰ ਪੋਸਟ ਵਾਸਤੇ ਸੇਮ ਹੈ ਉਸ ਤੋਂ ਬਾਅਦ ਰੈਵਨਿਊ ਅਕਾਊਂਟੈਂਟ ਦੀ ਪੋਸਟ ਹੈ ਅਸਿਸਟੈਂਟ ਲਾਈਨਮੈਨ ਸਬਸਟੇਸ਼ਨ اٹੈਂਡੈਂਟ ਮੀਨਸ SSC ਦੀ ਵੈਕੈਂਸੀਜ਼ ਹੈ ਜਿਹੜੀਆਂ ਕਿ ਆਊਟ ਕਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਨਾਂ ਵੈਕੈਂਸੀਜ਼ ਦੇ ਵਾਸਤੇ ਕੀ ਐਜ ਲਿਮਿਟ ਐਜ ਲਿਮਿਟ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਕੀ ਇਹਦੇ ਵਿੱਚ ਕੁਆਲੀਫਿਕੇਸ਼ਨ ਆਣ ਵਾਲੀਆਂ ਹਨ ਨੰਬਰ ਆਫ ਵੈਕੈਂਸੀਸ 2632 ਹੈ 10th 12th ਡਿਪਲੋਮਾ ਗ੍ਰੈਜੂਏਟ ਆਈਟੀ ਜਿਹਨਾਂ ਨੇ ਕਿਹਾ ਉਹ ਸਾਰੇ ਕੈਂਡੀਡੇਟ ਦੇ ਵਿੱਚ ਅਪਲਾਈ ਕਰ ਸਕਦੇ ਆ ਇਹਦੇ ਵਿੱਚ ਪੈਕੇਜ ਇਹਨਾਂ ਨੇ ਵੈਸੇ ਮੈਂਸ਼ਨ ਨਹੀਂ ਕੀਤਾ ਬਟ ਐਸ ਪਰ 7th CPC norms ਇਹਦੇ ਵਿੱਚ ਤੁਹਾਡਾ ਜਿਹੜਾ ਹੋ ਸਕਦਾ ਹੈ ਸੈਲਰੀ ਪੈਕੇਜ ਤੇ ਉਸ ਤੋਂ ਬਾਅਦ ਕੰਪਲੀਟ ਨੋਟੀਫਿਕੇਸ਼ਨ ਤੁਹਾਨੂੰ ਇੱਥੇ ਕਲਿੱਕ ਕਰਕੇ ਮਿਲ ਜੇਗਾ ਕਲਿੱਕ ਕਰਕੇ ਤੁਸੀਂ ਪਹਿਲਾਂ ਡਾਊਨਲੋਡ ਕਰਕੇ ਚੰਗੇ ਤਰ੍ਹਾਂ ਪੜ੍ਹਨਾ ਹੈ ਉਸ ਤੋਂ ਬਾਅਦ ਤੁਸੀਂ ਇਹਦੇ ਵਾਸਤੇ ਅਪਲਾਈ ਕਰਨਾ ਹੈ ਇਹ ਵਾਲਾ ਲਿੰਕ ਜਿਹੜਾ ਅਪਲਾਈ ਆਨਲਾਈਨ ਦਾ ਜਿਹੜਾ ਕਿ 31 ਮਈ ਨੂੰ ਐਕਟੀਵੇਟ ਹੋਏਗਾ ਉਸ ਤੋਂ ਬਾਅਦ ਆਪਾਂ ਚੱਲਦੇ 3rd ਨੋਟੀਫਿਕੇਸ਼ਨ ਤੇ ਹੁਣ ਆ ਪਾ ਚੁਕੇ ਆ ਥਰਡ ਨੋਟੀਫਿਕੇਸ਼ਨ ਦੇ ਉੱਤੇ ਇਹ ਵੀ ਜਿਹੜਾ ਨੋਟੀਫਿਕੇਸ਼ਨ ਹੈ ਪੰਜਾਬ ਸਬੋਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਵੱਲੋਂ ਰਿਲੀਜ਼ ਕੀਤਾ ਗਿਆ ਇਹਨੂੰ ਵੀ ਲੈ ਕੇ ਬਹੁਤ ਸਾਰੇ ਕੈਂਡੀਡੇਟ ਦੇ ਵੀ ਡਾਊਟ ਹੈ ਇਹਦੇ ਵਿੱਚ एलिजिਬਿਲਟੀ ਨੂੰ ਲੈ ਕੇ ਬਹੁਤ ਵੱਡਾ ਇੱਕ ਡਾਊਟ ਆ ਰਿਹਾ ਹੈ ਸਾਹਮਣੇ ਤੇ ਉਹਦੇ ਵਾਸਤੇ ਵੀ ਆਪਾਂ ਡਿਸਕਸ ਕਰਾਂਗੇ ਕਿ ਕਿੱਦਾਂ ਅਪਲਾਈ ਕਰਨਾ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਇੱਕ ਕਰਕੇ ਨੋਟੀਫਿਕੇਸ਼ਨ ਦਾ ਮੈਂ ਤੁਹਾਨੂੰ ਲਿੰਕ ਦਿੱਤਾ ਹੈ ਜਿੱਥੇ ਤੁਸੀਂ ਬ੍ਰੀਫਟ ਡਿਟੇਲਸ ਪੜ੍ਹ ਸਕਦੇ ਆ ਸਿਲੇਬਸ ਵੀ ਤੁਹਾਨੂੰ ਉੱਥੇ ਮਿਲ ਜਾਊਗਾ ਸਟੱਡੀ ਮਟੀਰੀਅਲ ਦੇ ਲਿੰਕ ਵੀ ਉਹਦੇ ਵਿੱਚ ਤੁਹ ਕਰਕੇ ਡਾਊਨਲੋਡ ਕਰੋ ਸਿੰਪਲੀ ਉਥੇ ਕਲਿੱਕ ਕਰਕੇ ਅਪਲਾਈ ਵੀ ਕਰ ਸਕਦੇ ਆ ਇਹਨਾਂ ਵੈਕੈਂਸੀਸ ਦੀ ਲਾਸਟ ਡੇ ਕ ਅਪਲਾਈ ਕਰਨ ਦੀ ਜਿਹੜੀ ਹੈਗੀ ਆ 15 ਜੂਨ 2021 ਆ 15 ਜੂਨ 2021 ਤੱਕ ਤੁਸੀਂ ਆਰਾਮ ਨਾਲ ਅਪਲਾਈ ਕਰ ਸਕਦੇ ਆ ਇਹ ਜਿਹੜੀ ਵੈਕੈਂਸੀਸ ਆਊਟ ਕੀਤੀਆਂ ਗਈਆਂ ਐ ਐਕਸਾਈਜ਼ ਇਨਸਪੈਕਟਰ ਦੀਆਂ ਆ ਇਸ ਤੋਂ ਇਲਾਵਾ ਇਲੈਕਸ਼ਨ ਕਨੰਗੋ ਦੀਆਂ ਵੈਕੈਂਸੀਸ ਦੇ ਆਨਲਾਈਨ ਫਾਰਮ ਵੀ ਕੁਝ ਦਿਨਾਂ 'ਚ ਸ਼ੁਰੂ ਹੋਣ ਜਾ ਰਿਹਾ ਹੈ ਕੈਟਾਗਰੀ ਵਾਈਜ਼ ਆਪਾਂ ਫੀ ਦੀ ਜੀ ਗੱਲ ਕਰੀਏ ਜੇ ਤੁਸੀਂ ਜਨਰਲ ਕੈਂਡੀਡੇਟ ਹੈ ਜਾਂ ਫਿਰ ਫ੍ਰੀडम फाइਟਰ ਹੈ 1000 ਰੁਪਏ ਐਪਲੀਕੇਸ਼ਨ ਦੀ ਫੀ ਹੈ ਐਸਸੀ ਬੀਸੀ ਐਡਬਲਯੂਐਸ ਵਾਸਤੇ 250 ਰੁਪਏ ਐਪਲੀਕੇਸ਼ਨ ਦੀ ਫੀ ਹੈ ਐਕਸ ਸਰਵਿਸਮੈਨ ਅਤੇ 셀ਫ ਡਿਪੈਂਡੈਂਟ ਕੈਟਾਗਰੀ ਵਾਸਤੇ 200 ਰੁਪਏ ਐਪਲੀਕੇਸ਼ਨ ਦੀ ਫੀ ਰਹਿਣ ਵਾਲੀ ਹੈ ਹੈਂਡੀਕੈਪ ਕੈਂਡੀਡੇਟ ਵਾਸਤੇ 500 ਰੁਪਏ ਆ ਸਿਲੈਕਸ਼ਨ ਪ੍ਰੋਸੀਜਰ ਦੀ ਨੈਕਸਟ ਦੇ ਵਿੱਚ ਗੱਲ ਆਉਂਦੀ ਹੈ ਸਿਲੈਕਸ਼ਨ ਜਿਹੜੀ ਤੁਹਾਡੀ ਇਹਦੇ ਵਿੱਚ ਹੈ ਰਿਟਰਨ ਐਗਜ਼ਾਮ ਬੇਸਿਸ ਤੇ ਸਿਲੈਕਸ਼ਨ ਹੋਣ ਵਾਲੀ ਆ ਸੈਲਰੀ ਇਸ ਵਾਰ ਬਹੁਤ ਵਧੀਆ ਹੋਣ ਵਾਲੀ ਆ ਬਾਕੀ ਜਿਹੜੇ ਕਾਫੀ ਸਾਰੇ ਕੈਂਡੀ ਉਹਨਾਂ ਨੂੰ ਡਾਊਟ ਸੀਗਾ ਕਿ ਇਹਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਆ 19900 ਜਾਂ ਫਿਰ 21200 ਹੋਣ ਵਾਲੀ ਆ ਬਟ ਜਦੋਂ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ ਸਭ ਤੋਂ ਵੱਡੀ ਗੁੱਡ ਨਿਊਜ਼ ਇਹਦੇ ਵਿੱਚ ਇਹ ਨਿਕਲ ਕੇ ਆਈ ਕਿ ਜਿਹੜੀ ਸੈਲਰੀ ਆ ਉਹ 35400 ਤੁਹਾਨੂੰ ਪੇ ਕੀਤੀ ਜਾ ਰਹੀ ਆ ਸੋ ਬਹੁਤ ਵਧੀਆ ਓਪਰਚ्युनिटी ਆ ਚੁੱਕੀ ਆ ਇਸ ਤੋਂ ਇਲਾਵਾ ਪੋਸਟ ਵਾਈਜ਼ ਆਪਾਂ ਗੱਲ ਕਰੀਏ ਇਹਦੇ ਵਿੱਚ ਤਿੰਨ ਟਾਈਪ ਦੇ ਪੋਸਟ ਐਕਚੁਅਲੀ ਆਊਟ ਕੀਤੇ ਗਏ ਆ ਇੰਡਸਟਰੀਅਲ ਇਨਸਪੈਕਟਰ ਦੀਆਂ 56 ਪੋਸਟਾਂ ਆ ਇੱਕ ਸਾਈਜ਼ ਇੰਸਪੈਕਟਰ ਦੀਆਂ 51 ਪੋਸਟਾਂ ਆ ਬਲੌਕ ਲੈਵਰ ਐਕਸਟੈਂਸ਼ਨ ਆਫੀਸਰ ਦੀਆਂ 61 ਪੋਸਟਾਂ ਜਿਹੜੀਆਂ ਆਊਟ ਕੀਤੀਆਂ ਗਈਆਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਏਜ ਲਿਮਿਟ ਦੀ ਜਿਹੜੀ ਕਿ 18 ਟੂ 37 ਤੁਹਾਡੀ ਏਜ ਹੈ ਤੁਸੀਂ ਅਪਲਾਈ ਕਰ ਸਕਦੇ ਆ ਪੇ ਸਕਿੱਲ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ 35400 ਆ ਗ੍ਰੈਜੂਏਸ਼ਨ ਤੁਸੀਂ ਕਿਸੇ ਵੀ ਡਿਸਪਲਨ ਚ ਕੀਤੀ ਆ ਤੁਸੀਂ ਇਹਨਾਂ ਵੈਕੈਂਸੀਜ਼ ਵਾਸਤੇ ਐਲੀਜੀਬਲ ਹੈ ਅਤੇ ਅਪਲਾਈ ਕਰ ਸਕਦੇ ਆ ਜੌਬ ਲੋਕੇਸ਼ਨ ਆਬਵੀਅਸਲੀ ਪੰਜਾਬ ਵਾਸਤੇ ਵੀ ਵੈਕੈਂਸੀਜ਼ ਆਈਆਂ ਤੇ ਪੰਜਾਬ ਹੀ ਇਹਦੇ ਵਾਸਤੇ ਰਹੇਗੀ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ ਇਸ ਲਿੰਕ ਤੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਆ ਤੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਆ ਇਹ ਸ਼ੋਰਟ ਨੋਟੀਫਿਕੇਸ਼ਨ ਜਿਹੜਾ ਕਿ ਇਹਨਾਂ ਨੇ ਪਹਿਲਾਂ ਨਿਊਜ਼ ਤੇ ਦਿੱਤਾ ਸੀਗਾ ਉਹ ਆ ਬਟ ਕੰਪਲੀਟ ਆ ਚੁੱਕਾ ਹੈ ਇੱਥੇ ਕਲਿੱਕ ਕਰਕੇ ਪਹਿਲਾਂ ਤੁਸੀਂ ਕੰਪਲੀਟ ਨੋਟੀਫਿਕੇਸ਼ਨ ਪੜ੍ਹਨਾ ਹੈ ਉਸ ਤੋਂ ਬਾਅਦ ਹੀ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਾਸਤੇ ਅਪਲਾਈ ਕਰਨਾ ਹੈ ਹੁਣ ਆਪਾਂ ਚੱਲਦੇ ਆਂ ਨੈਕਸਟ ਨੋਟੀਫਿਕੇਸ਼ਨ ਤੇ ਹੁਣ ਆ ਪਾ ਚੁੱਕੇ ਆ ਨੈਕਸਟ ਨੋਟੀਫਿਕੇਸ਼ਨ ਦੇ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਇਹਦੇ ਵਿੱਚ ਪੰਜ ਨੋਟੀਫਿਕੇਸ਼ਨ ਆਪਾਂ ਡਿਸਕਸ ਕਰਾਂਗੇ ਅਸੀਂ 4ਥ ਨੋਟੀਫਿਕੇਸ਼ਨ ਤੇ ਆ ਚੁੱਕੇ ਆ ਇਹ ਜਿਹੜਾ ਨੋਟੀਫਿਕੇਸ਼ਨ ਆ ਇਹ ਵੀ ਪੰਜਾਬ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਹੀ ਆਇਆ ਆ ਪੀਐਸਟੀਸੀਐਲ ਦੇ ਵੱਲੋਂ ਮਿਸ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਆਇਆ ਆ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ ਲਾਸਟ ਡੇਟ ਅਪਲਾਈ ਕਰਨ ਦੀ 11 ਜੂਨ ਹੈ ਫੀਸ ਭਰਨ ਵਾਸਤੇ ਵੈਸੇ ਜਿਹੜੀ ਤਰੀਕਾ ਹੈ ਉਹ 15 ਜੂਨ ਤੱਕ ਤੁਸੀਂ ਫੀਸ ਭਰ ਸਕਦੇ ਆ ਸੋ ਇਹਦੇ ਅਕੋਰਡਿੰਗਲੀ ਤੁਸੀਂ ਅਪਲਾਈ ਕਰਨਾ ਹੈ ਜਿਹੜੇ ਵੀ ਕੈਂਡੀਡੇਟ ਜਿਹੜੇ ਐ ਇਲੀਜੀਬਲ ਐ ਮੇਲ ਫੀਮੇਲ ਉਹ ਸਾਰੇ ਇਥੇ ਅਪਲਾਈ ਕਰ ਸਕਦੇ ਆ ਸਿਰਫ ਪੰਜਾਬ ਦੇ ਕੈਂਡੀਡੇਟ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪੋਸਟ ਵਾਈਜ਼ ਇਲੀਜੀਬਿਲਟੀ ਦੀ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਪੋਸਟ ਆਊਟ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਆਰਕੀਟੈਕਟ ਦੀ ਐ ਇਹਦੇ ਵਿੱਚ ਮਿਨੀਮਮ ਤੁਹਾਡੀ ਏਜ 20 ਸਾਲ ਐ ਅਪਲਾਈ ਕਰ ਸਕਦੇ ਆ ਮੈਕਸਿਮਮ ਜਿਹੜੀ ਆ ਉਹ 37 ਐ ਅਸਿਸਟੈਂਟ ਲਾਈਨਮੈਨ ਦੀਆਂ ਮਿਨਿਮਮ 18 ਮੈਕਸਿਮਮ 37 ਹੈ ਤੁਸੀਂ ਅਪਲਾਈ ਕਰ ਸਕਦੇ ਆ ਅਗਲੀ ਜਿਹੜੀ ਪੋਸਟ ਹੈ ਉਹ ਹੈਗੀ ਆ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਦੀ ਮਿਨਿਮਮ ਤੁਹਾਡੀ ਏਜ 18 ਸਾਲ ਹੈ ਮੈਕਸਿਮਮ 30 ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਪੋਸਟ ਵਾਈਜ਼ ਦੀ ਐਲੀਜੀਬਿਲਟੀ ਦੀ ਗੱਲ ਕਰੀਏ ਇਹਦੇ ਵਿੱਚ ਜਿਹੜੀ ਆਰਕੀਟੈਕਟਿਕ ਪੋਸਟ ਹੈ ਸਿੰਗਲ ਇੱਕ ਪੋਸਟ ਹੈ ਔਰ ਜਿਹੜੀ ਇੱਕ ਦੀ ਇੱਕ ਹੀ ਪੋਸਟ ਹੈ ਇਹ ਸਿਰਫ ਔਰ ਸਿਰਫ ਐਕਸਪੀਰੀਐਂਸਡ ਕੈਂਡੀਡੇਟ ਲਈ ਹੈ ਬਾਕੀ 500 ਪੋਸਟ ਆਫ ਫਰੈਸ਼ਸ ਵਾਸਤੇ ਇਹ ਆਈਆਂ ਹੋਈਆਂ ਆ ਜਿਹੜੀ ਆਰਕੀਟੈਕਟ ਵਾਸਤੇ ਜਿਨ੍ਹਾਂ ਨੇ ਡਿਗਰੀ ਜਾਂ ਡਿਪਲੋਮਾ ਆਰਕੀਟੈਕਚਰ ਵਿੱਚ ਕੀਤਾ ਹੈ ਤੇ ਉਹ ਉੱਥੇ ਅਪਲਾਈ ਕਰ ਸਕਦੇ ਆ ਜਿਨ੍ਹਾਂ ਨੂੰ ਇੱਥੇ ਇਹਨਾਂ ਨੇ ਐਕਸਪੀਰੀਐਂਸ ਵੀ ਮੰਗਿਆ ਹੋਇਆ ਹੈ ਆਰਕੀਟੈਕਚਰ ਫੀਲਡ ਦਾ ਉਹ ਹੀ ਸਿਰਫ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ 500 ਪੋਸਟ ਜਿਹੜੀਆਂ ਅਸਿਸਟੈਂਟ ਇਜੇਅ ਸਿਵਲ ਦੀਆਂ ਜਿਨ੍ਹਾਂ ਨੇ 10th ਪਾਸ ਕੀਤੀ ਹੈ ਆਈਡੀਆ ਕੀਤੀ ਹੈ ਰੈਲੇਵੈਂਟ ਡਿਸਪਲਿਨ ਚ ਅਪਲਾਈ ਕਰ ਸਕਦੇ ਆ ਸੇਮ ਅਸਿਸਟੈਂਟ ਸਬਸਟੇਸ਼ਨ اٹੈਂਡੈਂਟ ਦੇ ਲਈ ਆ ਇਹਦੇ ਵਿੱਚ ਐਸ ਪਰ 7th CPC ਆ ਤੁਹਾਡਾ ਜਿਹੜਾ ਸਿਲੈਕਸ਼ਨ ਤੁਹਾਡਾ ਜਿਹੜਾ ਸੈਲਰੀ ਪੈਕੇਜ ਆਣ ਵਾਲਿਆ ਆ 10th IT ਡਿਪਲੋਮਾ B.Tech ਜਿਨ੍ਹਾਂ ਨੇ ਕੀਤਾ ਹੈ ਉਹ ਇੱਥੇ ਅਪਲਾਈ ਕਰ ਸਕਦੇ ਆ। ਇਹਦੇ ਵਿੱਚ ਐਪਲੀਕੇਸ਼ਨ ਫੀ ਦੀ ਗੱਲ ਕਰੀਏ ਜਨਰਲ OBC ST ਤੇ ਅਦਰਸ ਵਾਸਤੇ 1200 GST 18% ਹੈ ਜਿਹੜੀ ਤੁਹਾਡੀ ਮਿਲਾ ਕੇ ਹੋ ਜਾਂਦੀ ਹੈ 1416 SC ਦੀ ਵੀ ਸੇਮ ਹੈ ਦਾ ਫੀ GST ਮਿਲਾ ਕੇ 565 PWD ਦੀ ਵੀ ਫੀ GST ਮਿਲਾ ਕੇ 708 ईडब्ल्यूएस ਤੇ ਐਸਸੀ ਕੈਟਾਗਰੀ ਦੀ ਸੇਮ ਸੈਲਰੀ ਆ ਤੁਸੀਂ ਦੇਖ ਸਕਦੇ ਹੋ ਉਹਦੇ ਅਕੋਰਡਿੰਗਲੀ ਤੁਸੀਂ ਅਪਲਾਈ ਕਰਨਾ ਆ ਇਹ ਜਿਹੜਾ ਨੋਟੀਫਿਕੇਸ਼ਨ ਹੈ ਇੱਥੇ ਕਲਿੱਕ ਕਰਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਲਓ ਇੱਥੇ ਕਲਿੱਕ ਕਰਕੇ ਅਪਲਾਈ ਕਰਨੇ ਆ ਇਹ ਹੈਗੇ ਚਾਰ ਨੋਟੀਫਿਕੇਸ਼ਨ ਪੰਜਵਾਂ ਜਿਹੜਾ ਨੋਟੀਫਿਕੇਸ਼ਨ ਹੈ ਉਹ ਹੈਗਾ ਪੰਜਾਬ ਕੋਆਪਰੇਟਿਵ ਬੈਂਕ ਦਾ ਜਿਹਦੀ ਲਾਸਟ ਡੇਟ ਜਿਹੜੀ ਪਹਿਲਾਂ ਅਪਲਾਈ ਕਰਨ ਦੀ 20 ਮਈ ਸੀਗੀ ਬਟ ਹੁਣ ਜੂਨ ਦੇ ਪਹਿਲੇ ਹਫਤੇ ਤੱਕ ਉਹ ਐਕਸਟੈਂਡ ਕਰ ਦਿੱਤੀ ਗਈ ਹੈ ਡਿਸਕ੍ਰਿਪਸ਼ਨ ਦੇ ਵਿੱਚ ਪੰਜਵਾਂ ਲਿੰਕ ਤੁਹਾਨੂੰ ਕੋਆਪਰੇਟਿਵ ਬੈਂਕ ਦਾ ਮਿਲ ਜਾਊਗਾ ਉੱਥੇ ਕਲਿੱਕ ਕਰਕੇ ਇਨਫੋਰਮੇਸ਼ਨ ਲੈ ਕੇ ਜੇਕਰ ਕਿਸੇ ਰੀਜ਼ਨ ਕਰਕੇ ਤੁਸੀਂ ਨਹੀਂ ਸੀ ਅਪਲਾਈ ਕੀਤਾ ਤੁਸੀਂ ਅਪਲਾਈ ਕਰ ਸਕਦੇ ਆ ਸਾਰੇ ਨੋਟੀਫਿਕੇਸ਼ਨ ਦੇ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਦੇ ਦਿੱਤੇ ਆ ਕਲਿੱਕ ਕਰਕੇ ਇਨਫੋਰਮੇਸ਼ਨ ਲੈ ਕੇ ਅਪਲਾਈ ਜ਼ਰੂਰ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਹੁਣ ਆਪਾਂ ਨੈਕਸਟ ਵੀਡੀਓ ਵਿੱਚ ਨਵੀਂ ਇਨਫੋਰਮੇਸ਼ਨ